ਅਰਬਨ ਅਸਟੇਟ ਦੁਕਰੀ ਵਿਖੇ ਕ੍ਰੀਏਟਿਵ ਲੇਡੀਜ਼ ਕਲੱਬ ਦੀ ਸ਼ੁਰੂਆਤ ਹੋਈ ਜਿਸ ਵਿੱਚ ਤੰਬੋਲਾ ਤੋਂ ਇਲਾਵਾ ਡਾਂਸ ਗਿੱਧਾ ਭੰਗੜਾ ਖਿੱਚ ਦਾ ਕੇਂਦਰ ਰਹੇ ਪ੍ਰੋਗਰਾਮ ਦੀ ਆਰੰਭਤਾ ਗਣੇਸ਼ ਬੰਦਨਾ ਨਾਲ ਹੋਈ ਕਲੱਬ ਦੀ ਪ੍ਰਧਾਨ ਸੁਰਿੰਦਰ ਬਾਂਸਲ ਨੇ ਦੱਸਿਆ ਕਿ ਕਲੱਬ ਦੀ ਸੋਚ ਔਰਤਾਂ ਅੰਦਰ ਛੁਪੀ ਪ੍ਰਭਤਾ ਨੂੰ ਦੂਜਿਆਂ ਸਾਹਮਣੇ ਲਿਆਉਣਾ ਹੈ ਇਸ ਮੌਕੇ ਜਿੱਥੇ ਸ਼ਿਖਾ ਮੱਕੜ ਦੇ ਡਾਂਸ ਅਤੇ ਸ਼ਸ਼ੀ ਖੁੱਲਰ ਦੇ ਗੀਤ ਦੀ ਧੁੰਮ ਰਹੀ ਉੱਥੇ ਪ੍ਰਧਾਨ ਸੁਰਿੰਦਰ ਬਾਂਸਲ ਸੈਕਟਰੀ ਹਰਜੀਤ ਕੋਚਰ ਸਲਾਹਕਾਰ ਸ਼ਸ਼ੀ ਖੁੱਲਰ ਸਤਿੰਦਰ ਕੌਰ ਅਤੇ ਖਜਾਨਚੀ ਰੇਨੂ ਭਾਂਬਰੀ ਦੇ ਨਾਲ ਨਾਲ ਕਲੱਬ ਦੀਆਂ ਸਾਰੀਆਂ ਮੈਂਬਰਾਂ ਨੇ ਕੇਕ ਕੱਟ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਖੁੱਲਰ ਆਈ ਐਮ ਦਾ ਐਡਵਾਈਜ਼ਰ ਆਫ ਦਾ ਕ੍ਰੀਏਟਿਵ ਲੇਡੀਜ਼ ਕਲੱਬ ਤੋ ਇਹ ਜੋ ਪਲੇਟਫਾਰਮ ਹਮਨੇ ਦਿਆ ਹੈ ਆਜ ਵੀ ਜੈਸੇ ਆਪਨੇ ਦੇਖਾ ਕਿ ਮਾਡਲਿੰਗ ਹੋਈ ਹੈ ਤੋ ਮਾਡਲਿੰਗ ਮੇਂ ਹਮਨੇ ਲੇਡੀਜ਼ ਕੋ ਜਿਨ੍ਹਾਂਨੇ ਕਭੀ ਸਟੇਜ ਪੇ ਨਹੀਂ ਆਏ ਥੇ ਉਨਕੋ ਜੋ ਅੰਦਰ ਸੇ ਛੁਪਾ ਹੁਆ ਹੁਨਰ ਉਸਕੋ ਬਾਹਰ ਨਿਕਾਲਨੇ ਕੇ ਲਈ ਆਜ ਹਮਨੇ ਇਹ ਪਲੇਟਫਾਰਮ ਪ੍ਰੋਵਾਈਡ ਕੀਆ ਔਰ ਆਗੇ ਵੀ ਇਸੀ ਤਰ੍ਹਾਂ ਸੇ ਜਿਨ ਲੇਡੀਜ਼ ਮੇਂ ਜੋ ਵੀ ਹੁਨਰ ਹੈ ਉਸਕੇ ਲਈ ਹਮ ਇਸੀ ਤਰ੍ਹਾਂ ਸੇ ਪਲੇਟਫਾਰਮ ਪ੍ਰੋਵਾਈਡ ਕਰਵਾਏਂਗੇ ਔਰ ਉਨਕੇ ਛੁਪੇ ਹੁਨਰ ਕੋ ਸਬਕੇ ਸਾਹਮਣੇ ਲਾਏਂਗੇ ਤਾਂ ਕਿ ਉਨਕੀ ਐਬਿਲਿਟੀ ਕੇ ਬਾਰੇ ਮੇਂ ਸਬਕੋ ਪਤਾ ਚਲ ਸਕੇ ਕਿਉਂਕਿ ਕਿਸੀ ਨਾ ਕੋਈ ਹੁਨਰ ਹਰ ਲੇਡੀਜ਼ ਮੇਂ ਹੋਤਾ ਹੈ ਤੋ ਉਸ ਲੇਡੀਜ਼ ਕੋ ਕਈ ਵਾਰ ਪਲੇਟਫਾਰਮ ਨਹੀਂ ਮਿਲ ਪਾਤਾ ਫੈਮਿਲੀ ਪ੍ਰੋਬਲਮਸ ਕੀ ਵਜ੍ਹਾ ਸੇ ਕਿਸੀ ਵਜ੍ਹਾ ਸੇ ਤੋ ਇਹ ਕ੍ਰੀਏਟਿਵ ਲੇਡੀਜ਼ ਕਲੱਬ ਹਮਨੇ ਨਾਮ ਵੀ ਇਸਲਈ ਰੱਖਿਆ ਥਾ ਕਿ ਸਭ ਕੀ ਕ੍ਰੀਏਟਿਵਿਟੀ ਹਮ ਲੋਗ ਦੁਨੀਆ ਕੇ ਸਾਹਮਣੇ ਲਾ ਸਕੇ ਕਲੱਬ ਆਫ ਦਾ ਕ੍ਰੀਏਟਿਵ ਲੇਡੀਜ਼ ਕਲੱਬ ਜੋ ਅਸੀਂ ਸਭ ਦੇ ਸਹਿਯੋਗ ਨਾਲ ਇੱਕ ਨਈ ਸ਼ੁਰੂਆਤ ਕੀਤੀ ਹੈ ਸਭ ਮੈਂਬਰਾਂ ਦੀ ਕੁਆਲਿਟੀਜ਼ ਨੂੰ ਸ਼ੋਅ ਕਰਨਾ ਚਾਹੁੰਦੇ ਹਾਂ ਇੱਕ ਪਲੇਟਫਾਰਮ ਮਿਲਿਆ ਸਾਰੇ ਮੈਂਬਰਾਂ ਨੂੰ ਜੋ ਕਿ ਬੜੀ ਖੁਸ਼ੀ ਨਾਲ ਸਾਡੇ ਨਾਲ ਸਾਰੇ ਕੰਮ ਲਈ ਕੋਪਰੇਟ ਕਰ ਰਹੇ ਨੇ ਔਰ ਅੱਗੇ ਤੋਂ ਵੀ ਕਰਨਗੇ ਔਰ ਸਾਰੇ ਮੈਂਬਰਾਂ ਨੂੰ ਮੈਂ ਇਸ ਸ਼ੁਭ ਦਿਨ ਤੇ ਵਧਾਈ ਦਿੰਦੀ ਹਾਂ ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ ਫੋਕਸ ਡੋਟ ਪੰਜਾਬੀ ਯੂਰ ਸਿਟੀ ਯੂਰ ਨਿਊਜ਼